दिन पहला अगवा हुई 20 साला अनमोल कौर दा किडनैपरा वालों कतल कर दिता गया है। कातल कोई होर नहीं बल्कि अनमोल नाल ही पढ़दा सी। दरअसल कोर्स करन लई अनमोल रोजाना दी तरह 26 फरवरी नु अजनाला तो अमृतसर लई निकली, पर इना दोषी नौजवाना ने उस नु अगवा कर लिया ते परिवार तो 20 लाख दी फिरौती मंगी। फिरौती दी रकम ना मिलन दे बदले विच नौजवाना ने अनमोल दा कतल कर दिता। अनमोल कौर दी लाश एक वीरान घर विचों बरामद हुई है। परिवार ने दोषियां नु फांसी देण दी मांग कीती है। 26 तरीक नूं सवेरे उत्थों घरों आई आओ, हाँ जी, इतने कोर्स वास्ते। उस तो बाद जिहड़ा वा उहदी जिहड़ी आ इत्थे उहनां अगवाह कर ली आ। अगवाह करके उन्होंने मुड़ के फोन किया कि 20 लाख रुपया लिख के पक्के साली सड़क पर आ जाओ मैं शाम नूं, ते उस तो बाद जिहड़ा फोन बंद करता। उस तो बाद जिहड़ा लड़की नूं जिहड़ा वा अगवाह करके मुड़ के मारता कुड़ी। कार्रवाई तां इह बंदे नूं फांसी होनी चाहीदी आ। कदों घट कोई नहीं, घर जिहड़ा रहा ही कुछ नहीं गा ਉਹਦਾ, ਕਿਉਂਕਿ ਜਿਹੜਾ ਜੋ ਕੁਝ ਹੈਗਾ ਵਾ ਖਤਮ ਹੋ ਗਿਆ। ਕੱਲੀ ਕੱਲੀ ਕੁੜੀ ਹੀ, ਕੋਈ ਬੱਚਾ ਹੋਰ ਨਹੀਂ ਹੈਗਾ। ਉਧਰ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਵੇਗਾ। ਇਹ ਜੀ ਜਿਹੜਾ ਆਪਣੇ 363-366 ਦਾ ਪਰਚਾ ਦਰਜ ਹੋਏਗਾ 26 ਤਰੀਕ ਨੂੰ, ਆਪਣਾ ਕੁੜੀ ਜਿਹੜੀ ਅਗਵਾਈ ਸੀਗੀ ਉਹ ਫਿਰੌਤੀ ਮੰਗੀ ਗਈ ਸੀ 20 ਲੱਖ ਰੁਪਏ। ਹੁਣ ਆਪਾਂ ਜਿਹੜਾ ਮੇਨ ਅਕਿਊਜ਼ ਇਹਦੇ ਵਿੱਚ ਬੰਦਾ ਸੀਗਾ ਜਿਹੜਾ ਲੈ ਕੇ ਗਿਆ ਸੀ ਕੁੜੀ ਨੂੰ, ਉਹ ਫੜ ਲਿਆ ਵਾ, ਜਿਹਨੇ ਇਹਨੂੰ ਉਸੇ ਦਿਨ ਮਾਰਤਾ ਸੀਗਾ ਜੀ 20 ਲੱਖ ਰੁਪਏ ਕਰਕੇ, ਅਤੇ ਇਹਨੇ ਆਪਣੀ ਖੁਰਦਪੁਰ ਕਰਤੀ ਸੀ ਲਾਸ਼ ਉਸ, ਬਾਕੀ ਲਾਸ਼ ਰਿਕਵਰ ਹੋ ਗਈ। ਮੇਨ ਕਾਰਨ ਕੀ ਨਿਕਲਿਆ ਜੀ ਕਤਲ ਦਾ? ਮੇਨ ਕਾਰਨ ਆਹੀ ਆ ਜੀ, ਫਰੌਤੀ ਮੰਗੀ ਸੀ 20 ਲੱਖ ਰੁਪਏ ਨੂੰ ਹੀ, ਕਿ ਇਹਦੇ ਫਾਦਰ ਕੋ ਮੈਂ ਮੰਗ ਕੀਤੀ ਹੈ ਤਾਂ ਮੈਨੂੰ ਮਿਲ ਜੂਗੀ, ਇਹੀ ਆ ਮੇਨ ਕਾਰਨ। ਅਤੇ ਕੋਈ ਸਿਆਸੀ ਪਾਰਟੀ ਨਾਲ ਵੀ ਅਟੈਚਡ ਹੈ ਮੁੰਡਾ? 19 ਸਾਲ ਦਾ ਹੈਗਾ ਮੁੰਡਾ, ਇਕੱਠੇ ਪੜ੍ਹਦੇ ਰਹੇ, ਕੋਈ ਸਿਆਸੀ ਵਾਲਾ ਹੈ ਨਹੀਂ, ਕੋਈ ਲਿੰਕ ਨਹੀਂ ਗਾ। ਇਕਲੌਤੀ ਧੀ ਅਨਮੋਲ ਕੌਰ ਦੀ ਮੌਤ ਦੀ ਖਬਰ ਮਿਲਦੇ ਹੀ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ ਟੀਵੀ।